ਸੋ ਜੀ, ਸਵੇਰੇ ਸਭ ਤੋਂ ਪਹਿਲਾਂ ਆਪਣਾ ਕੰਮ ਹੈ ਜੀ ਆ ਡੱਬਿਆਂ ਨੂੰ ਚੱਕ ਕੇ ਲਾਈਨ ਵਾਈਜ਼ ਲੋਡ ਕਰਨਾ ਅਤੇ ਸਕੈਨ ਕਰਨਾ। ਸੋ ਸਕੈਨਿੰਗ ਅਤੇ ਲੋਡਿੰਗ ਕਰਦੇ ਕਰਦਿਆਂ ਅਪਰੋਕਸੀਮੇਟਲੀ ਘੰਟਾ ਡੇਢ ਘੰਟਾ ਲੱਗ ਜਾਂਦਾ। ਉਸ ਤੋਂ ਬਾਅਦ ਆਪਾਂ ਨਿਕਲਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ। ਹਾਂਜੀ ਸੋਹਣਿਓ, ਸੋ ਅੱਜ ਆਪਾਂ ਤੁਹਾਨੂੰ ਦਿਖਾਉਣਾ ਇੱਕ ਨਵਾਂ ਕੰਮ ਹੈਗਾ, ਤੇ ਕੰਮ ਪੁਰਾਣਾ ਹੀ ਹੈ ਬਟ ਆਪਣੇ ਲਈ ਤੁਹਾਡੇ ਕਈਆਂ ਲਈ ਨਵਾਂ ਵੀ ਹੋ ਸਕਦਾ। ਸੋ ਅੱਜ ਆਪਾਂ ਚੱਲੇ ਹਾਂ ਐਮਾਜ਼ੋਨ ਦੀ ਡਿਲੀਵਰੀਆਂ ਕਰਨ, ਅਤੇ ਆਪਾਂ ਹੈਗੇ ਹਾਂ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਵਿੱਚ, ਅਤੇ ਆਪਣਾ ਰੂਟ ਹੈਗਾ ਟਰੂਰੋ ਦਾ। ਇੱਕ ਘੰਟੇ ਦੀ ਡਰਾਈਵ ਪੈਂਦੀ ਆ ਉੱਥੋਂ, ਅਤੇ ਬਹੁਤ ਹੀ ਵਧੀਆ ਕੰਮ ਹੈ, ਪੈਸੇ ਵਧੀਆ ਬਣ ਜਾਂਦੇ ਆ ਜੇ ਬੰਦਾ ਪੂਰਾ ਮਹੀਨਾ ਲਗਾਤਾਰ ਕੰਮ ਕਰਦਾ ਆ। ਦੋ ਚਾਰ ਛੁੱਟੀਆਂ ਲੈ ਕੇ ਤੁਸੀਂ $5,555,000 ਤੱਕ ਬਣਾ ਸਕਦੇ ਹੋ। ਅਤੇ ਅੱਜ ਆਪਣੇ ਕੋਲ ਹੈਗੇ ਆ 209 ਪਾਰਸਲ, ਅਤੇ ਆਪਾਂ ਨੂੰ ਪਰ ਪਾਰਸਲ ਪੇ ਮਿਲਦੀ ਆ, ਪੈਸੇ ਆਪਾਂ ਨੂੰ ਕੈਸ਼ ਮਿਲਦੇ ਨੇ, ਟੈਕਸ ਨਹੀਂ ਭਰਨਾ ਪੈਂਦਾ। ਸੋ ਇਹਦੇ ਲਈ ਆਪਾਂ ਨੂੰ ਇਸ ਕਰਕੇ ਪੈਸੇ ਵਧੀਆ ਬਣ ਜਾਂਦੇ ਆ, $5,000-6,000 ਬਣ ਜਾਂਦਾ ਮਹੀਨੇ ਦਾ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ, ਪਾਰਸਲ ਨਾਲ ਆਪਣੀ ਗੱਡੀ ਭਰੀ ਪਈ ਆ, ਅਤੇ ਉੱਥੇ ਜਾ ਕੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਵੰਡਦੇ ਦੇ ਜੀ। ਆ ਇਹਨਾਂ ਦੀ ਐਪਲੀਕੇਸ਼ਨ ਹੈਗੀ ਆ, ਸਾਰੇ ਐਡਰੈਸ ਲਾਈਨ ਵਾਈਜ਼ ਲੱਗੇ ਹੋਏ ਨੇ, ਅਤੇ ਆਪਾਂ ਲਾਈਨ ਵਾਈਜ਼ ਵੰਡੀ ਜਾਂਦੇ ਹਾਂ, ਖੋਲ੍ਹ ਕੇ ਫੋਟੋ ਖਿੱਚ ਕੇ ਅਤੇ ਪਾ ਦਈਦੀ ਆ। ਅਤੇ ਆਪਣੀ ਗੱਡੀ ਵੀ ਕੰਪਨੀ ਵਾਲਿਆਂ ਦੀ ਹੈ, ਤੇਲ ਵੀ ਕੰਪਨੀ ਵਾਲਿਆਂ ਦਾ, ਆਪਣਾ ਕੰਮ ਹੈ ਸਿਰਫ ਡਿਲੀਵਰੀ ਕਰਨ ਦਾ, ਆਪਾਂ ਸਿਰਫ ਪੈਕੇਜ ਡਿਲੀਵਰੀ ਕਰਨੀ। ਅਤੇ ਆਪਣਾ ਕੰਮ ਹੋ ਗਿਆ ਸ਼ੁਰੂ, ਦੇਖੋ ਕਿੱਦਾਂ ਆਪਾਂ ਰੱਖੇ ਹੋਏ ਨੇ ਸਾਰੇ ਡੱਬੇ ਲਾਈਨ ਵਾਈਜ਼ ਜਾ ਕੇ ਰੱਖੇ ਹੋਏ ਨੇ। ਹੁਣ ਆ ਚੁੱਕੀ ਹੈ ਜੀ, ਟੋਟਲ ਇਸ ਕੰਮ ਨੂੰ ਲੱਗ ਜਾਂਦੇ ਆ 8 ਤੋਂ 9 ਘੰਟੇ, 35 ਪਾਰਸਲ ਨਬੇੜ ਦਿੱਤੇ ਨੇ। ਆਪਾਂ ਬੱਸ ਗੇਟ ਦੇ ਉੱਤੇ ਰੱਖ ਕੇ ਤੇ ਇੱਕ ਫੋਟੋ ਖਿੱਚ ਦੇਣੀ ਹੈ। ਆਹ ਕੰਮ ਦਾ ਸਭ ਤੋਂ ਵਧੀਆ ਪਾਰਟ ਆਇਆ ਜੀ, ਜਦੋਂ ਤੁਸੀਂ ਪਿੰਡ 'ਚ ਜਾ ਕੇ ਗਾਵਾਂ ਮੱਝਾਂ ਘੋੜੇ ਬੱਕਰੀਆਂ ਹਿਰਨ ਵੇਖਦੇ ਹੋ, ਅਤੇ ਆਹ ਦੇਖ ਲਓ ਜਿਵੇਂ ਖੇਤਾਂ ਵਾਲਾ ਆਪਣੇ ਇੰਡੀਆ ਦਾ ਕੱਚਾ ਰਾਹ, ਆਲੇ ਦੁਆਲੇ ਦਰਖਤ ਹੀ ਦਰਖਤ, ਅਤੇ ਦੂਰ ਦੂਰ ਲੋਕਾਂ ਨੇ ਘਰ ਪਾਏ ਹੋਏ ਨੇ, 2-2, 3-3 ਕਿਲੋਮੀਟਰ ਦੇ ਡਰਾਈਵੇ। ਪੂਰੇ 3 ਵੱਜ ਗਿਆ, ਟਾਈਮ ਦਿਖਾ ਦਿਓ, ਅਤੇ ਆਪਣਾ ਸਾਰਾ ਨਿਬੜ ਗਿਆ, ਗੱਡੀ ਪਿੱਛੇ ਸਾਰੀ ਖਾਲੀ ਹੋ ਗਈ ਆ, ਸਾਰੇ ਪਾਰਸਲ 209 ਪਾਰਸਲ ਆਪਾਂ ਵੰਡਦੇ ਆ। ਟੋਟਲ ਆਪਾਂ 6 ਤੋਂ ਲੈ ਕੇ 3 ਵਜੇ ਤੀਕਰ, ਮਤਲਬ 9 ਘੰਟੇ ਬਣ ਗਏ ਨਾ, 6-6-12, ਅਤੇ ਹਾਂਜੀ 9 ਘੰਟਿਆਂ 'ਚ ਆਪਾਂ ਨਿਬੇੜਤਾ 210 ਪਾਰਸਲ, ਅਤੇ ਅੱਜ ਦੇ $220-230 ਆਪਣੇ ਹੋ ਗਿਆ ਪੱਕੇ। ਅਤੇ ਬਾਕੀ ਆਪਾਂ ਤੁਹਾਨੂੰ ਵੀਡੀਓ ਸਾਰਾ ਦੱਸ ਦਿੱਤਾ, ਜੇ ਕਿਸੇ ਨੂੰ ਕੰਮ ਚਾਹੀਦਾ ਇੰਸਟਾਗ੍ਰਾਮ ਮੈਨਸ਼ਨ ਕਰ ਦਾਂਗੇ, ਉੱਥੇ ਮੈਸੇਜ ਕਰ ਦਿਓ। ਜੇ ਕਿਸੇ ਨੂੰ PR ਵਾਲਾ ਕੰਮ ਵੀ ਚਾਹੀਦਾ, ਉਹ ਵੀ ਆਪਣੇ ਕੋਲ ਰੈਫਰੈਂਸ ਪਾ ਸਕਦੇ ਹਾਂ, ਕੰਸੈਂਟਿਕ ਕਾਲ ਸੈਂਟਰ ਵਿੱਚ ਹੈਗਾ, ਅਤੇ ਜ਼ਰੂਰ ਮੈਸੇਜ ਕਰ ਦਿਓ, ਆਪਾਂ ਹੈਲਪ ਕਰਨ ਦੀ ਜ਼ਰੂਰਤ